बंद है ठीक है। हेलो डियर फॉक्स, उम्मीद करते हैं आप सब लोग अच्छे होंगे, खुश होंगे और सेहतमंद होंगे। तो यहाँ ये कंप्लेन मिली है, ड्रेन ब्लॉक्ड। अच्छा, एक ये बंद है ड्रेन और एक अंदर वाली। चेक करो इसका ड्रॉप किस तरफ है। ये तो इस तरफ जा रहा है। ओ थे अंदर हो दी होएगी नुक्कर जाके देख। अंदर वाला चेक करो पहले। किड्डा कोड़ा है। चुप कर जा कर जो थे। साल थोड़ा पीछा कर ही यार। नो। कोल कोल ले साढ़े दे बरात जा रही है। क्या मत मार। ये भी इस तरफ बाहर को जाता है, ये तो सेपरेट टैंक में जाता है ना। ये इधर को ये भी ये भी ब्लॉक है, ये पानी ऊपर आ रहा है। बंद है ठीक है भाई। चेक करो बाहर कोई चैम्बर होगा। इतनी देर क्या मत आनी है, फुल हो गया। कसी ले आओ। अभी इधर से आ रहा है, देखो ये जगह की है ना। नहीं ये तो वाटर सप्लाई का वाल हो सकता है। अच्छा इस तरफ था। चलो इधर ही खुदाई करके देख लो। यहाँ पे कोई ड्रेन हो सकती है। जी इफ्तिखार का नाम रखो। हाँ तो मेरी जान छोड़ो। पैकेज मैं लगवा देता हूँ यार खान भाई। हाँ उसने तो इस चैम्बर को ऐसे छुपाया जैसे लाश छुपाते अंडरग्राउंड। ये भी उठा लेंगे। हाँ उठाओ इसे भी, सब कुछ उठाओ। ढक्कन लगवाए ना अपना प्रॉपर। ये तो अंडे की शेप की स्लैब रख दी इसने। जानी रुको। ए लस्सी गान उधर खड़ा है। लस्सी शानी भी उधर खड़ा है। कौन शानी किधर मन खाना रे लोग को यार उसने करना है क्या। ये देखो ये उधर से आया बाहर। केड़ा आ रहा है ये वाला। ये वाला हां जिंदे मुंह जड़ा चपवाका फसया निकालो जड़ा। की जरूरत है। नहीं ऐसे ही चलेगा। एक मिनट दोनों बेच रही है पहुंची है ना जरा। पहले ये निकालो तोड़ बना लेना। ला ही ला
अंदर वाली ट्रेन का ये अंदर वाली ट्रेन का अच्छा ये थोड़ी सी रुकावट कर रहा है यहाँ आगे आगे से एक दफा तोड़ लो रूम बाहर नहीं निकाल लो कितने इंच का बाहर तीन चार नहीं नहीं तीन जिसमें लगे नोजल लगेगी हाँ नोजल लगेगी चलो इसको निकालो लगता जिम्मे अगे फसियां कि न्यूज़ल लगा रही है नहीं एक तो हर न्यूज़ल का रास्ता है हाँ नहीं है ये साइड से लगेगी न्यूज़ल साइड पर लग जाएगी चलो इसको पोला कर लेंगे हाँ लेके आओ खोल लो इधर ही सारे पहले अभी ना लगाना बहुत है रिड़को रिड़को रेस तो आई और दे फुल लगा रहा एक मिनट
ਤਕਰੀਬਨ ਉੱਚਾ ਹੀ ਹੈ ਨਾ ਪਾਈਪ, ਉਸਨੇ ਤੈਨੂੰ ਮੱਟੀ ਉੱਪਰ ਸੇ ਉਠਾ ਲਿਆ ਕਸੀ ਕਸਾ। ਦੇਖੋ ਪਾਈਪ ਵਿੱਚ ਟੂਟਾ ਤਾਂ ਨਹੀਂ ਹੋਇਆ ਹੈ ਨਾ, ਇਹ ਉੱਪਰ ਹੀ ਹੈ ਨਾ ਪਾਈਪ ਦੇ ਉੱਪਰ ਸੀਮਟ ਤੇ ਨਹੀਂ ਮੱਟੀ ਹੈ, ਸੀਮਟ ਹੈ ਨਾ ਸਾਰਾ ਸੀਮਟ ਤਾਂ ਨਹੀਂ ਨਾ ਉਹ। ਚੈੱਕ ਕਰੋ ਜ਼ਰਾ ਇੱਕ ਦਮ ਕਸੀ ਕਸਾ, ਖੁੱਲ੍ਹੇ ਦਿਲ ਨਾਲ ਪੱਟੋ ਮੱਟੀ ਜਾਣ ਦਿਓ, ਨਾਲੀ ਬਣਾਓ ਆ ਪੈਪ ਨਾ ਤੋੜ ਦਿਆ ਜੇ। ਮਹਿਸੂਸ ਹੋ ਰਹੀ ਹੈ ਇੱਧਰ ਹੀ ਆ, ਲੰਬੀ ਆ, ਪੂਰੀ ਮੱਟੀ ਨਿਕਾਲ ਦਿਓ। ਮਿਲ ਗਿਆ ਪੁਆਇੰਟ ਖਿੱਚ ਮਾਰਨੇ ਆ ਨਾ ਤੋਂ ਟੁਰਨ ਨਹੀਂ ਦਿੰਦੀਆਂ, ਇੱਥੋਂ ਕੱਢ ਦਿੰਦੇ ਇਹਨਾਂ ਨੂੰ। ਇੱਕ ਵਾਰੀ ਮੈਂ ਸਾਫ਼ ਕਰੂੰ ਨਾ ਚੰਗੀ ਤਰ੍ਹਾਂ, ਫਿਰ ਹੈ ਜੜਾ ਮੜੀਆਂ ਮੇਨ ਸਾਰੀ ਇੱਧਰ ਨੂੰ ਕਰੋ ਨਾ ਦਰਵਾਜ਼ਾ। ਹਾਂ ਚੂਹ ਰਾਮ ਮੇਰਾ ਵੱਡੋ ਬਸ ਚਾਰ ਨਾ ਕਿ ਪੈਪ ਨਾ ਟੁੱਟੇ, ਇਹ ਨਾ ਕਰਾਂਗੇ ਤੁਸੀਂ ਕੰਮ ਪਾ ਛੱਡਿਆ। ਇੱਧਰ ਐ ਥੋੜ੍ਹੀ ਉੱਤੇ ਮਿੱਟੀ ਛਿੱਲੋ ਕਿ ਨਾ ਤੁਹਾਡੇ ਚੂਹਾ ਰੰਬਾ ਸਿੱਧਾ ਉੱਤੋਂ ਵੱਜੇਗਾ ਪਰਲੀ ਸਾਈਡ ਤੋਂ। ਹਾਂ ਨਹੀਂ ਉਹੀ ਕਹਿ ਰਿਹਾ ਉਤਲੀ ਸਾਈਡ ਥੋੜ੍ਹੀ ਖਾਲੀ ਕਰੋਗੇ ਨਾ ਫਿਰ ਚੂਹਾ ਰੰਬਾ ਉੱਤੋਂ ਸਹੀ ਵੱਜੇਗਾ, ਇਹਨੂੰ ਪਰਾਂ ਨੂੰ ਕਾਢ ਦਿਓ ਹੈ ਕਈ ਫੜ ਲਓ ਸੌਖਾ ਹੋਈਏਗਾ ਇੱਕ ਟੱਪੇ ਨਾਲ। ਹਾਂ ਠੀਕ ਹੋ ਗਿਆ ਚਲ ਬਸ 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 ਉਹ ਵੀ ਬੜੀਆਂ ਪੈਪ ਦੇ ਵਿੱਚ ਹੁਣ ਇਹਦੇ ਨਾਲ ਰੱਖ ਕੇ ਇੰਜ ਮਾਰੋ ਚੂਹਾ ਨੂੰ ਮਾਰ ਪੈਪ ਤੇ ਲੀਕ ਪਹਿਲੇ ਹੀ ਹੋਇਆ ਹੋਣਾ, ਜੜਾਂ ਆਹਰ ਗਈਆਂ ਨੇ ਤੇ ਤੋੜ ਕੇ ਗਈਆਂ ਹੋਣੀਆਂ। ਹਾਂ ਇੱਥੋਂ ਰੱਖ ਕੇ ਇੰਜ ਮਾਰ ਛੈਣੀ ਥੋੜ੍ਹਾ ਲਿਆ, ਉਹ ਖਲੋਏ ਖਲੋਏ ਛੈਣੀ ਥੋੜ੍ਹਾ ਨਾ ਕਰਿਆ, ਪੈਪ ਨੂੰ ਨਾ ਵੱਜੀਏ ਸੱਟ।
ਪੈਪ ਉਂਝ ਹੀ ਪਾ ਕੇ ਚਲਾ ਗਿਆ ਨਾ, ਉਹਨੂੰ ਨਾਲ ਨਾਲ ਥੋੜ੍ਹੀ ਬਹੁਤੀ ਚਲੋ ਮਸਾਲਾ ਕੰਕਰੀਟ 'ਤੇ ਪਾਉਂਦਾ। ਇਸੇ ਦਰਜੇ ਚ ਠੋਕੋ ਥੱਲੇ ਐ ਵਿਆ ਜੜਾ ਨੇ ਸਰਾਹ ਕੀਤਾ ਜੀ, ਪੈਪ ਟੁੱਟਾ ਜੀ, ਠੀਕ ਹੈ ਜਿਹਦੀ ਵਾਰ ਅਸੀਂ ਉਧਰੋਂ ਖਿੱਚਦੇ ਹਾਂ ਤੇ ਨਾਲ ਅੜਦੀ ਤੇ ਬਾਹਰ ਨਹੀਂ ਆਉਂਦੀ, ਇਹਨੂੰ ਹੁਣ ਵੱਢ ਦਾਂਗੇ ਨਾ ਤੇ ਜੜ ਬਾਹਰ ਨਿਕਲ ਆਏਗੀ ਪੂਰੀ। ਬਾਕੀ ਹੁਣ ਬਾਅਦ ਚ ਜੋ ਤੁਸੀਂ ਇੰਨਾ ਕਰਵਾਉਣਾ ਲਵਾ ਲਿਆ ਜੀ, ਸ਼ਹਿਰ ਦੇ ਤਾਂ ਅਸੀਂ ਕੀ ਰੱਖਾਂਗੇ, ਤੁਸੀਂ ਪਾਣੀ ਨਾ ਇਸਤੇਮਾਲ ਬਾਹਰ ਕਰਿਆ ਜੀ, ਹੋਰ ਕੀ ਹੈ ਪਰ ਇੰਨਾ ਪਾਣੀ ਕਿਹੜਾ ਬਾਹਰ ਆਉਣਾ, ਧੋ ਵੀ ਲਏਗਾ ਤੂੰ ਤੇ। ਯਾਦ ਨੇ ਕੋਈ ਮਿਸਤਰੀ ਅੰਦਰ ਲੱਗੇ ਨੇ ਸਾਹਮਣੇ ਕਿਸੇ ਕੋਲ ਲੈ ਕੇ ਇੱਥੇ ਕੰਕਰੀਟ ਛਡਵਾ ਦੇ, ਹੋ ਗਈ ਨਾ ਅੰਦਰ। ਹਾਂ ਉਹਨੂੰ ਉਧਰੋਂ ਖਿੱਚੀ ਚੱਲ ਖਿੱਚਣੇ ਆਹੋ ਬਾਹਰ ਵੀ ਆ ਗਈ, ਸਿਰਫ ਉਹ ਥੋੜੀਆਂ ਅਸੀਂ ਜਿਹੜਾ ਸਿਰਫ ਉਹਦੇ ਮੈਂ ਤੋਂ ਚਲੋ ਕੱਢੋ ਬਾਹਰ ਇਹਨਾਂ ਕੁੰਡਾ, ਤੈਨੂੰ ਮੈਂ ਕਿਹਾ ਇਹਨਾਂ ਕਿੰਨੀ ਔਖੇ ਚ ਮਾਰਦਾ। ਸਿਰਫ ਉੱਥੇ ਅੜੀਆਂ ਅਸੀਂ, ਉੱਥੋਂ ਉਹ ਛਡਾਈ ਆ, ਉਹ ਵੇਖ ਲਓ ਪਾ ਦਿਓ ਇੱਥੇ ਜੇ ਲੰਮੇ ਹੱਥ ਮਾਰ ਕੇ ਚੈੱਕ ਕਰ ਲਓ ਕੁਛ ਹੈ ਜੀ, ਉਹ ਦੂਜੇ ਸਾਈਡ ਦਾ ਉਹ ਵੀ ਕਰ ਦਿੰਦੇ ਬਿਲਕੁਲ ਕਲੀਅਰ ਹੋ ਗਿਆ, ਨੋਜ਼ਲ ਹੁਣ ਲਵਾ ਦਿੰਦੇ ਜੋ ਵੀ ਤੁੰਦੇ ਚੋ ਸਾਈ ਰੋਨ ਸੋਚ ਤੋਂ ਮਾਰੋ ਸਲਾ ਫੇਰ ਬੰਦ ਕਰ ਦੋ ਸਰ। ਪਾਣੀ ਆ ਰਿਹਾ ਆ ਰਿਹਾ ਹੁਣ ਤੁਹਾਡੇ ਸਾਹਮਣੇ, ਇੱਥੇ ਫ੍ਰੀ ਹੋ ਕੇ ਹੀ ਆਉਣਾ, ਤੁਹਾਨੂੰ ਮੈਂ ਕਿਹਾ ਸੀ ਕਿ ਆ ਰਿਹਾ ਅੱਧਾ ਘੰਟਾ ਲੱਗ ਜਾਣਾ, ਪਰ ਹੁਣ ਇੱਥੇ ਕੰਮ ਲੰਬਾ ਹੈਗਾ ਇਸ ਵੇਲੇ।
ਬੰਦ ਕਰੋ ਅਦਰ ਸਾਨੂੰ ਕੱਟ ਵੀ ਦੇਣੇ ਆ ਨਾ ਇਹਨੇ ਫਿਰ 6 ਦਿਨਾਂ ਨੂੰ ਵੱਧ ਕੇ ਫਿਰ ਅੰਦਰ ਵਾੜੀਆਂ ਨੇ ਜਿੰਨੀ ਦੇਰ ਤੱਕ ਤੁਸੀਂ ਪੈਪ ਨੂੰ ਪ੍ਰੋਪਰ ਕੰਕਰੀਟ ਨਹੀਂ ਨਾਲ ਕਰਵਾਉਂਦੇ ਕਿੰਨੀ ਕਿੰਨੀ ਜਗ੍ਹਾ ਤੇ ਕੰਕਰੀਟ ਕਰਾਂਗੇ ਪੈਪ ਵੀ ਨਵਾਂ ਪਵਾ ਲੈਣ ਹਾਂ ਇਸੇ ਜੋੜ ਦੀ ਨਵਾਂ ਪਵਾ ਲੈਣ ਪਿੱਛੇ ਤਾਂ ਚਲੋ ਟਾਇਲਾਂ ਪੁੱਟਣੀਆਂ ਪੈਣੀਆਂ ਚਲੋ ਜੀ ਬਾਅਦ ਚ ਕਰਦੇ ਰਹਿਣਗੇ ਹਲੇ ਉਹਨਾਂ ਨੇ ਕਰਨਾ ਕੰਮ